ਕੋਈ ਉਹ ਨਹੀਂ ਲੱਭਿਆ ਸਾਨੂੰ ਜਿਹੜਾ ਮਿਲਾ ਦੇਵੇ ਸਾਡੀ ਅੰਦਰਲੀ ਭੁੱਖ ਦੂਰ ਕਰ ਦੇਵੇ। ਪਿਆਰੇ ਆ ਜੁਗ ਜੁਗ ਜੀਵੇ ਤੇਰੇ ਮੁਖ ਤੋਂ ਬਚਨ ਸੁਣੇ, ਸਾਨੂੰ ਆਸ ਹੋ ਗਈ ਵੀ ਹੁਣ ਸਾਡਾ ਕੰਮ ਬਣ ਜਾਏਗਾ। ਦੱਸ ਉਹਨਾਂ ਨੇ ਪ੍ਰਸ਼ਾਦਾ ਛਕਿਆ, ਕਹਿੰਦਾ ਨਾ ਤਿੰਨ ਦਿਨ ਹੋ ਗਏ, ਉਹਨਾਂ ਨੇ ਵੀ ਨਹੀਂ ਛਕਿਆ, ਮੈਂ ਵੀ ਨਹੀਂ ਛਕਿਆ। ਕਹਿਣ ਲੱਗਿਆ ਮੈਂ ਛੇਤੀ ਪ੍ਰਸ਼ਾਦਾ ਤਿਆਰ ਕਰਦਾ, ਹੋਰ ਵੀ ਕੋਈ ਹੈ? ਕਹਿੰਦੇ ਭਾਈ ਬਾਲਾ ਜੀ ਨੇ ਨਾਲ, ਹੋਰ ਤਾਂ ਹਾਲੇ ਕੋਈ ਨਹੀਂ। ਕਦੇ ਕਦੇ ਤਾਂ ਹਜ਼ਾਰਾਂ ਹੋ ਜਾਂਦੇ ਨੇ, ਕਦੇ ਕਦੇ ਅਸੀਂ ਤਿੰਨੇ ਰਹਿ ਜਾਂਦੇ ਹਾਂ। ਉਸ ਵੇਲੇ ਰਾਜੇ ਦੇ ਬਾਗ ਵਿੱਚ ਗਿਆ, ਜਾ ਕੇ ਫਲ ਲਿਆਂਦੇ ਤੋੜ ਕੇ, ਸਬਜ਼ੀ ਵਗੈਰਾ ਉੱਥੋਂ ਹੀ ਲੈ ਆਇਆ, ਪ੍ਰਸ਼ਾਦਾ ਤਿਆਰ ਕਰਿਆ। ਭਾਈ ਮਰਦਾਨਾ ਜੀ ਬਚਨ ਕਰੀ ਜਾਂਦੇ ਨੇ, ਪਿਛਲੀਆਂ ਗੱਲਾਂ ਮਹਾਰਾਜ ਦੀਆਂ ਦੱਸਦੇ ਨੇ। ਬਹੁਤ ਪ੍ਰਭਾਵਿਤ ਹੁੰਦਾ ਤੁਰਿਆ ਜਾ ਰਿਹਾ, ਲੇਕਿਨ ਨਾਲ ਅਫਸੋਸ ਹੈ ਵੀ ਜੇ ਕਿਤੇ ਇੰਦਰ ਸੈਨ ਵੀ ਇੱਥੇ ਹੁੰਦਾ ਨਾ ਤਾਂ ਉਹ ਵੀ ਬਚਨ ਸੁਣ ਲੈਂਦਾ। ਹੁਣ ਮੈਂ ਖੁਦਗਰਜੀ ਕਰ ਰਿਹਾ, ਹਾਂ ਅਸੀਂ ਦੋਵੇਂ ਸਾਥੀ, ਪਰ ਮੈਂ ਇਕੱਲਾ ਹੀ ਅੰਮ੍ਰਿਤ ਵਚਨਾਂ ਦਾ ਰਸ ਪੀ ਰਿਹਾ, ਮਿੱਤਰ ਨੂੰ ਨਹੀਂ ਮੈਂ ਪਿਲਾ ਰਿਹਾ। ਮੈਨੂੰ ਪਤਾ ਨਹੀਂ ਛੱਡ ਕੇ ਜਾਣ ਨੂੰ ਵੀ ਜੀ ਨਹੀਂ ਕਰਦਾ ਵੀ ਉਹਨੂੰ ਮੈਂ ਟੋਲ ਕੇ ਛੇਤੀ ਲਾਇਆ ਵਾਂ। ਪ੍ਰਸ਼ਾਦਾ ਤਿਆਰ ਕੀਤਾ, ਮਰਦਾਨੇ ਦੇ ਨਾਲ ਤੁਰ ਪਿਆ। ਕਹਿੰਦਾ ਭਾਈ ਮਰਦਾਨਾ ਤੁਸੀਂ ਤਾਂ ਛਕ ਲਓ ਨਾ ਇੱਥੇ। ਕਹਿੰਦਾ ਭਾਈ ਚੰਡਾ ਜੀ ਵੈਸੇ ਤਾਂ ਮੈਨੂੰ ਭੁੱਖ ਲੱਗਦੀ ਆ ਬਹੁਤ, ਮੈਂ ਜਿੱਥੇ ਮਿਲ ਜੇ ਜੋ ਕੁਛ ਮਿਲ ਜੇ ਛਕ ਲਿਆ ਕਰਦਾ, ਪਰ ਪਿਆਰਿਆ ਮੇਰੇ ਮਨ ਵਿੱਚ ਆਪਣੇ ਮੁਰਸ਼ਦ ਦਾ ਵੀ ਬਹੁਤ ਧਿਆਨ ਹੈ। ਤਿੰਨ ਦਿਨ ਹੋ ਗਏ ਉਹਨੇ ਮੂੰਹ ਵਿੱਚ ਕੁਛ ਨਹੀਂ ਪਾਇਆ ਅਤੇ ਮੈਂ ਕਿਸ ਤਰ੍ਹਾਂ ਨਾ ਪਾ ਲਵਾਂ। ਹੋਰ ਸ਼ਰਧਾ ਜਾਗੀ, ਭਾਈ ਮਰਦਾਨਾ ਬੜਾ ਪਿਆਰਾ ਲੱਗਣ ਲੱਗ ਗਿਆ। ਉਹਦੇ ਬਾਅਦ ਗੁਰੂ ਨਾਨਕ ਪਾਤਸ਼ਾਹ ਦੇ ਪਾਸ ਜਾ ਕੇ ਪ੍ਰਸ਼ਾਦਾ ਰੱਖਤਾ। ਰੋਹੀ ਦੇ ਵਿੱਚ ਬੈਠੇ ਨੇ, ਜੰਗਲ ਹੈ ਬਹੁਤ ਸੋਹਣਾ ਆਲੇ ਦੁਆਲੇ, ਨਮਸਕਾਰ ਕਰੀ, ਮਹਾਰਾਜ ਜੀ ਆਪ ਪ੍ਰਸ਼ਾਦਾ ਛਕੋ। ਕਹਿੰਦੇ ਝੰਡਿਆ ਬਈ ਇਹ ਕਿਹਦਾ ਪ੍ਰਸ਼ਾਦਾ ਹੈ, ਕਿਸਨੇ ਦਿੱਤਾ ਇਹ? ਕਹਿੰਦਾ ਪਾਤਸ਼ਾਹ ਇਹ ਪਰਮੇਸ਼ਰ ਨੇ ਦਿੱਤਾ, ਪਰਮੇਸ਼ਰ ਦਾ ਯਾਨ ਹੈ, ਪਰ ਮੈਂ ਤਾਂ ਸੇਵਾਦਾਰ ਹਾਂ। ਕਹਿੰਦੇ ਝੰਡਿਆ ਪਰਮੇਸ਼ਰ ਨੂੰ ਪਛਾਣਦਾ? ਆਹ ਗੱਲ ਸੁਣਦੀ ਸਵਾਰ ਹੈਰਾਨ ਹੋ ਗਿਆ ਵੀ ਹੈ, ਅਸੀਂ ਤਾਂ ਉਹਦੀ ਤਲਾਸ਼ 'ਚ ਫਿਰਦੇ ਹਾਂ। ਕਹਿੰਦੇ ਤੈਨੂੰ ਕਿਵੇਂ ਪਤਾ ਵੀ ਉਹਨੇ ਦਿੱਤਾ, ਤੂੰ ਉਹਨੂੰ ਜਾਣਦਾ? ਕਹਿੰਦਾ ਹਾਂ ਮਹਾਰਾਜ, ਥੋੜ੍ਹਾ ਥੋੜ੍ਹਾ ਜਾਣਦਾ, ਉਹਦੇ ਬਾਰੇ ਸੁਣਿਆ ਹੋਇਆ। ਉਹ ਆਪ ਹੈ ਸਾਰੇ ਜਿੰਨਾ ਵੀ ਸੰਸਾਰ ਹੈ ਉਹਦੇ ਵਿੱਚ ਰਮਿਆ ਹੋਇਆ, ਘੱਟ ਘੱਟ 'ਚ ਵਿਆਪਿਆ ਹੋਇਆ। ਕਹਿੰਦੇ ਫਿਰ ਝੰਡਿਆ ਜੇ ਪਰਮੇਸ਼ੁਰ ਦੀ ਪਛਾਣ ਹੋ ਗਈ ਫਿਰ ਕਲਪਨਾ ਕਿਹੜੀ ਗੱਲ ਦੀ ਰਹੇਗੀ? ਫਿਰ ਆ ਰੋਣੇ ਕਿਹੜੀ ਗੱਲ ਦੇ, ਧੋਣੇ ਕਿਹੜੀ ਗੱਲ ਦੇ, ਇੰਤਜ਼ਾਰੀਆਂ ਕਿਹੜੀਆਂ ਗੱਲ ਦੀਆਂ? ਉਹ ਤਾਂ ਤੂੰ ਪਛਾਣ ਲਿਆ ਪਰਮੇਸ਼ੁਰ, ਹੈਰਾਨ ਹੋ ਗਿਆ। ਕਹਿੰਦਾ ਪਾਤਸ਼ਾਹ ਸੁਣਿਆ ਹੀ ਸੁਣਿਆ, ਮੈਂ ਪਛਾਣਿਆ ਨਹੀਂ ਹੈ। ਗ੍ਰੰਥ ਪੜ੍ਹੇ ਨੇ ਮੇਰੇ ਸਾਥੀ ਨੇ, ਮੈਂ ਤਾਂ ਅਨਪੜ੍ਹਾਂ, ਪਰ ਉਹ ਪੜ੍ਹਦਾ ਮੈਂ ਸੁਣਦਾ ਰਹਿਣਾ, ਉਹ ਤਾਂ ਮੈਨੂੰ ਪਤਾ ਲੱਗਿਆ ਵੀ ਪਰਮੇਸ਼ੁਰ ਹਰ ਥਾਂ ਦੇ ਉੱਤੇ ਵਿਆਪਕ ਹੈ। ਕਹਿੰਦਾ ਪਾਤਸ਼ਾਹ ਸੁਣਿਆ ਤਾਂ ਹੈ, ਜਾਣਿਆ ਨਹੀਂ ਹੈ। ਕਹਿੰਦੇ ਫਿਰ ਜਾਣਿਆ ਨਹੀਂ ਤਾਂ ਫਿਰ ਕਿਸ ਕੰਮ ਗਿਆਨ, ਕਿਸ ਕੰਮ ਪੜ੍ਹਾਈ, ਕਿਸ ਕੰਮ ਇਹ ਖੇਚਲ ਕੀਤੀ ਹੋਈ ਜੇ ਜਾਣਿਆ ਹੀ ਨਹੀਂ ਹੈ ਜਿਹਨੂੰ ਜਾਣਨਾ ਹੈ? ਜੇ ਇੱਕ ਗੱਲ ਜਾਣੀ ਨਹੀਂ ਤਾਂ ਬਾਕੀ ਗੱਲਾਂ ਜਾਣਨ ਦਾ ਕੀ ਫਾਇਦਾ ਹੈ? ਉਹ ਤਾਂ ਅਣਜਾਣ ਗੱਲਾਂ ਹੋ ਗਈਆਂ ਸਾਰੀਆਂ, ਅਸਲੀ ਗੱਲ ਤਾਂ ਇਹੀ ਜਾਣਨੀ ਹੈ। ਕਹਿੰਦੇ ਉਹਦੀ ਪਛਾਣ ਜਦ ਤੱਕ ਅੰਦਰ ਨਹੀਂ ਆਈ ਉਨੀ ਦੇਰ ਤੱਕ ਜਾਣ ਕੁਛ ਨਹੀਂ ਕਰਦੀ, ਜਾਣਨ ਨਾਲ ਕੁਛ ਨਹੀਂ ਫਰਕ ਪੈਂਦਾ। ਕਹਿ ਲੈ ਤੂੰ ਘੱਟ ਘੱਟ 'ਚ ਵਿਆਪਕ ਹੈ, ਮੇਰੇ ਅੰਗ ਅੰਗ 'ਚ ਵਿਆਪਕ ਹੈ, ਮੇਰੇ ਸਾਹ 'ਚ ਵਿਆਪਕ ਹੈ, ਪਰ ਪਿਆਰਿਆ ਪਛਾਣ ਵੀ ਆਈ ਉਹਦੀ, ਯਾਦ ਵੀ ਰਹਿੰਦਾ। ਕਹਿੰਦਾ ਨਹੀਂ ਮਹਾਰਾਜ, ਜਦ ਅਸੀਂ ਇਕੱਠੇ ਹੋ ਕੇ ਗੱਲ ਕਰਦੇ ਹਾਂ, ਜਦ ਚਲਕਾਰੇ ਜੇ ਵੱਜਦੇ ਨੇ ਫਿਰ ਅਸੀਂ ਭੁੱਲ ਜਾਂਦੇ ਹਾਂ, ਭੁੱਲਦੇ ਹਾਂ ਅਸੀਂ,
ਮਹਾਰਾਜ ਤੁਸੀਂ ਪ੍ਰਸ਼ਾਦ ਛਕੋ, ਕਹਿੰਦੇ ਪ੍ਰਸ਼ਾਦ ਅਸੀਂ ਛਕਾ ਦਿੰਦੇ ਹਾਂ, ਤੁਹਾਨੂੰ ਛਕਾ ਕੇ ਛਕਾਂਗੇ। ਜਾਂ ਇੰਦਰ ਸੈਨ ਨੂੰ ਲੈ ਕੇ ਆ, ਰਾਤ ਵੱਡੀ ਚਲੀ ਗਈ, ਇੰਦਰ ਸੈਨ ਨੂੰ ਲੈ ਕੇ ਆਇਆ, ਕਹਿੰਦਾ ਉਹ ਤਾਂ ਛਕਦੇ ਨਹੀਂ ਪ੍ਰਸ਼ਾਦਾ, ਜਦ ਤਾਈਂ ਤੂੰ ਨਹੀਂ ਜਾਂਦਾ। ਕਹਿੰਦਾ ਬਚਨ ਨੂੰ, ਕਹਿੰਦਾ ਬਚਨ ਤਾਂ ਬਹੁਤ ਮੈਂ ਸੁਣੇ ਨੇ ਉਹਨਾਂ ਦੇ ਸਾਥੀ ਤੋਂ ਹੀ, ਉਹਨਾਂ ਦਾ ਤਾਂ ਮਾਰਗ ਜਿਹੜਾ ਹੈ ਉਹ ਬੜਾ ਨਿਰਾਲਾ ਹੈ। ਉਸਨੇ ਮੈਨੂੰ ਦੱਸਿਆ ਭਾਈ ਮਰਦਾਨਾ ਨੇ ਕਿ ਗੁਰੂ ਨਾਨਕ ਪਾਤਸ਼ਾਹ ਸਿੱਧਾਂ ਨਾਲ ਭੇਟ ਕਰਦੇ ਨੇ ਅਤੇ ਸਿੱਧ ਗੁਰੂ ਨਾਨਕ ਨੂੰ ਸ਼ਕਤੀਆਂ ਦੇ ਨਾਲ ਬਸ ਕਰਨਾ ਚਾਹੁੰਦੇ ਨੇ। ਇਹਨਾਂ ਨੂੰ ਇੱਕ ਚਿੱਪੀ ਦੇ ਤੀ ਵੀ ਜਾ ਪਾਣੀ ਲਾਇਆ, ਪਾਣੀ ਦਿਖਾ ਦਿੱਤਾ। ਅਤੇ ਜਦੋਂ ਗੁਰੂ ਨਾਨਕ ਚਿੱਪੀ ਲੈ ਕੇ ਉਸ ਸਰੋਵਰ 'ਤੇ ਪਹੁੰਚਦੇ ਨੇ, ਉੱਥੇ ਕੀ ਦੇਖਦੇ ਨੇ? ਹੀਰੇ ਜਵਾਹਰਾਤ ਮੋਤੀ ਦਾ ਭਰਿਆ ਪਿਆ, ਉੱਥੇ ਪਾਣੀ ਆਈ ਨਹੀਂ। ਗੁਰੂ ਨਾਨਕ ਵਾਪਸ ਆ ਗਿਆ, ਕਹਿੰਦੇ ਚੰਡਿਆ ਜੇ ਮੈਂ ਜਾਂਦਾ ਨਾ ਪਤਾ ਮੈਂ ਕੀ ਕਰਨਾ ਸੀ? ਮੈਂ ਕਹਿਣਾ ਸੀ ਆਹ ਤਾਂ ਮਸਾਂ ਮਿਲੇ ਨੇ ਕਰੋੜਾਂ ਰੁਪਈਏ ਦੇ, ਮੈਂ ਚਿੱਪੀ ਭਰ ਲੈਣੀ ਸੀ ਹੀਰਿਆਂ ਜਵਾਹਰਾਤ, ਵੀ ਜਦ ਮੈਦਾਨਾਂ ਜਾਵਾਂਗੇ ਖਰਚਣ ਦੀ ਬੜੀ ਮੌਜ ਹੋਜੂਗੀ, ਪਰ ਮੇਰੇ ਗੁਰੂ ਨਾਨਕ 'ਤੇ ਕੁਰਬਾਨ ਜਾਵਾਂ। ਕਹਿੰਦਾ ਦੇਖਿਆ ਹੀ ਨਹੀਂ, ਪਿੱਠ ਦੇ ਕੇ ਆ ਤੁਰਿਆ ਆ ਕੇ, ਕਹਿੰਦਾ ਨਾਥ ਜੀ ਪਾਣੀ ਨਹੀਂ ਉੱਥੇ ਹੈਗਾ, ਉਹ ਤਾਂ ਪੱਥਰ ਪਏ ਨੇ ਰੰਗ ਬਿਰੰਗੇ। ਕਹਿੰਦੇ ਗੋਰਖ ਨੇ ਕਿਹਾ ਬਈ ਦੇਖ ਨਾਨਕ, ਹੱਠ ਯੋਗ ਦੇ ਅੰਦਰ ਕਿੰਨੀ ਤਾਕਤ ਹੈ, ਸੰਸਾਰ ਦਲ ਦੇ ਅੰਦਰ ਜਦੋਂ ਸੁਰਤ ਪਹੁੰਚ ਜਾਂਦੀ ਹੈ, ਸਵਾਸ ਪਹੁੰਚ ਜਾਂਦਾ ਹੈ, ਉੱਥੇ ਪ੍ਰਵਾਹ ਚੱਲ ਪੈਂਦਾ ਰਿਧੀਆਂ ਸਿੱਧੀਆਂ ਦਾ। ਅਤੇ ਇੱਕ ਫੁਰਨਾ ਕੀਤਾ, ਸਿਰਫ ਇੱਕ ਫੁਰਨਾ, ਕਹਿੰਦੇ ਆ ਸਾਰਾ ਸਰੋਵਰ ਹੀਰੇ ਜਵਾਹਰਾਤ ਲਾਲਾਂ ਪੰਨਿਆਂ ਦੇ ਨਾਲ ਭਰ ਦਿੱਤਾ। ਦੇਖਿਆ ਨਾ ਯੋਗ ਦੇ ਅੰਦਰ ਕਿੰਨੀ ਤਾਕਤ ਹੈ। ਗੁਰੂ ਨਾਨਕ ਕਹਿਣ ਲੱਗੇ ਗੋਰਖਨਾਥ ਇਹ ਤਾਂ ਕੁਛ ਨਹੀਂ ਹੈ, ਪੱਥਰ ਲਾਲ ਨੇ, ਉਹ ਪੱਥਰ ਕਾਲੇ ਨੇ, ਚਿੱਟੇ ਨੇ, ਇਹ ਤਾਂ ਦੋਏ ਪੱਥਰ, ਜੇ ਪਾਣੀ ਨਾ ਮਿਲਿਆ ਤੈਨੂੰ ਹੁਣ ਪੱਥਰਾਂ ਨੂੰ ਪੀ ਲਏਗਾ, ਜਾਨ ਨਿਕਲ ਜਾਏਗੀ, ਪਾਣੀ ਦੀ ਕੀਮਤ ਇਹਨਾਂ ਪੱਥਰਾਂ ਤੋਂ ਜ਼ਿਆਦਾ ਹੈ। ਜੁਗਤ ਨਾਲ ਸਮਝਾ ਦਿੱਤੇ, ਕਹਿੰਦਾ ਸ਼ਾਂਤੀ ਤਾਂ ਨਹੀਂ ਨਾ ਆਉਂਦੀ ਹੈ, ਕਿਉਂਕਿ ਸ਼ਾਂਤੀ ਨਾਮ ਤੋਂ ਬਗੈਰ ਆਇਆ ਨਹੀਂ ਕਰਦੀ, ਐਂ ਪੜ੍ਹ ਲਓ। Yeah.
ਕਹਿਣ ਲੱਗਿਆ ਮੈਨੂੰ ਦੱਸਿਆ ਉਹਨੇ ਭਾਈ ਮਰਦਾਨੇ ਨੇ ਵੀ ਉਹਦੇ ਵੱਲ ਝਾਕੇ ਵੀ ਨਹੀਂ ਹੈ, ਰਿਧੀਆਂ ਸਿੱਧੀਆਂ ਨੂੰ ਤੁੱਛ ਗਿਣਿਆ ਗੁਰੂ ਨਾਨਕ। ਕਹਿਣ ਲੱਗਿਆ ਹੈ ਗੋਰਖ ਬਾ ਆਦਿ ਵੀ ਝੁੱਕੇ ਸਾਰੇ, ਕਹਿੰਦੇ ਸਭ ਝੁੱਕੇ, ਕਿਉਂਕਿ ਉਹਨਾਂ ਨੇ ਦੱਸਿਆ ਕਿ ਸਮਾਂ ਨਹੀਂ ਹੈ, ਸਮਾਂ ਜਿਸ ਚੀਜ਼ ਦਾ ਹੈ ਉਹਨੂੰ ਫੋਲੋ ਕਰੋ। ਕਲੂ ਆਇਓ ਰੇ ਇੱਕ ਨਾਮ ਬੀਜ ਲੋ, 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 ਆਇਓ ਰੇ
ਇੱਕ ਨਾਮ ਬੋਵੋ ਬੋਵੋ ਆਨ ਰੁੱਤ ਨਾਹੀਂ ਨਾਹੀਂ ਮਤ ਭਰਮ ਭੁੱਲੋ ਭੁੱਲੋ। ਕਹਿਣ ਲੱਗਿਆ ਭਾਈ ਇੰਦਰ ਸਿੰਘ, ਬਾਤ ਇਹ ਹੋਰ ਹੈ, ਉਹਨਾਂ ਦੀ ਥਿਊਰੀ ਉਹ ਹੋਰ ਹੈ, ਸ਼ਬਦ ਸੁਰਤ ਮਾਰਗ ਦੱਸਦੇ ਨੇ। ਕੰਮ ਵੀ ਕਰੀ ਜਾਓ, ਗ੍ਰਿਸ਼ਤ ਵਿੱਚ ਵੀ ਰਹੋ, ਰਾਜ ਭਾਗ ਕਰੋ, ਹੋਰ ਕਾਰੋਬਾਰ ਕਰੋ, ਜੋ ਜੀ ਕਰਦਾ, ਕੇਵਲ ਜਿਹੜੀ ਨੱਠੀ ਫਿਰਦੀ ਸੁਰਤਾਂ ਨੂੰ ਨਾਮ ਨਾਲ ਬੰਧ। ਸੁਰਤ ਨੇ ਤਾਂ ਸੋਚਣਾ ਹੀ ਹੈ, ਚਿੰਤਤ ਹੀ ਦੀਸਾ ਸਭ ਕੋਏ, ਚੇਤਾ ਏਕ ਤਹੀ ਸੁਖੋਏ। ਸੋ ਹੋਰ ਬਚਨ ਅਨੇਕ ਜੋ ਭਾਈ ਮਰਦਾਨੇ ਨਾਲ ਬੈਠ ਕੇ ਕਰੇ, ਜਾਂਦੇ ਹੋਏ ਕਰੇ, ਉਹ ਸਾਰੇ ਬਚਨ ਸੁਣਾਏ, ਪ੍ਰਭਾਵਿਤ ਹੋ ਗਿਆ। ਕਹਿਣ ਲੱਗਿਆ ਭਾਈ ਝੰਡਿਆ, ਆਪਣੀ ਸੁਣੀ ਗਈ ਦਰਗਾਹ ਦੇ ਵਿੱਚ ਅੱਜ ਆ ਗਿਆ ਪੂਰਾ, ਅੱਜ ਨਹੀਂ ਜਾਣ ਦੇਣਾ, ਜੋ ਸੌਦੇ ਦਾ ਮੁੱਲ ਹੈ ਪੂਰਾ ਦੇਵਾਂਗੇ, ਕੁਛ ਦੇਣਾ ਪੈ ਜੇ ਅੱਜ ਨਹੀਂ ਜਾਣ ਦੇਣਾ, ਮਹਾਤਮਾ ਦੇ ਚਰਨ ਫੜ ਲੈਣੇ ਨੇ। ਅਤੇ ਜਿਹੜੀ ਗੱਲ ਨੂੰ ਸਿੱਖਦਿਆਂ ਨੂੰ ਯੁੱਗ ਬੀਤ ਕੇ ਜਨਮ ਦਰ ਜਨਮ 'ਚ ਲੰਘੇ, ਅੱਜ ਆ ਗਿਆ ਪੂਰਾ ਕਰਨ ਵਾਲਾ। ਉਸ ਵੇਲੇ ਦੋ ਜਣੇ ਚਲੇ ਜਾਂਦੇ ਨੇ, ਕਹਿਣ ਲੱਗੇ ਭਾਈ ਦੱਸੋ ਕਿਸ ਚੀਜ਼ ਦੀ ਲੋੜ ਹੈ। ਭਾਈ ਇੰਦਰ ਸੈਨ ਕਹਿਣ ਲੱਗਿਆ ਕਿ ਮਹਾਰਾਜ ਸਾਨੂੰ ਸੱਤ ਚਿੱਤ ਆਨੰਦ ਦੀ ਲੋੜ ਹੈ। ਮਹਾਰਾਜ ਕਹਿੰਦੇ ਸੱਤ ਵਾਹਿਗੁਰੂ ਹੈ, ਚੇਤਨ ਪਰਮੇਸ਼ਰ ਹੈ, ਹਸਤੀ ਹੈ, ਉਹ ਆਨੰਦ ਹੈ ਜਿਹੜਾ ਉਸ ਅਵਸਥਾ 'ਚ ਪਹੁੰਚ ਕੇ ਪਤਾ ਲੱਗਦਾ, ਇਹਦੇ ਦੱਸਣ ਨਾਲ ਕੁਛ ਨਹੀਂ ਪਤਾ ਲੱਗਦਾ। ਅੰਬ ਦੇ ਬਾਰੇ ਜੇ ਜਾਣਨਾ ਚਾਹੁੰਦੇ ਹੋ, ਇਹ ਪੜ੍ਹੇ 'ਤੇ ਨਹੀਂ ਪਤਾ ਲੱਗਦਾ ਵੀ ਕਿੰਨੇ ਕੈਲਰੀ ਹੈ, ਕਿੰਨੀ ਸ਼ੂਗਰ ਹੈ, ਕਿੰਨਾ ਤੇਜ਼ਾਬ ਹੈ, ਕਿੰਨਾ ਇਹਦੇ 'ਚ ਫੂਡ ਹੈ। ਪੜ੍ਹੇ 'ਤੇ ਕੀ ਜਾਣ ਜਾਓਗੇ, ਅੰਬ ਦਾ ਤਾਂ ਪਤਾ ਤਾਂ ਲੱਗਦਾ ਜੇ ਅੰਬ ਚੁੱਪਣਾ ਹੋ। ਮਹਾਰਾਜ ਫਿਰ ਅਨੁਭਵ ਕਰਾ ਦਿਓ। ਮਹਾਰਾਜ ਕਹਿੰਦੇ ਫਿਰ ਦੱਸਣਾ ਦਿਓ। ਮਹਾਰਾਜ ਜੋ ਆ ਗਿਆ, ਮਹਾਰਾਜ ਕਹਿੰਦੇ ਜੋ ਅਨਾਤਮ ਹੈ ਸੰਸਾਰ ਦੇ ਅੰਦਰ, ਦੋ ਚੀਜ਼ਾਂ ਨੇ, ਇੱਕ ਆਤਮ ਵਸਤੂ ਹੈ, ਇੱਕ ਅਨਾਤਮ ਵਸਤੂ ਹੈ। ਇੱਕ ਪ੍ਰਭੂ ਹੈ, ਇੱਕ ਪ੍ਰਭੂ ਤੋਂ ਬਗੈਰ ਸਾਰੀ ਮਾਇਆ ਕਿਰਤਾ ਉਹਦੀ। ਜੋ ਕੁਛ ਤੁਹਾਡੇ ਪੱਲੇ ਅਨਾਤਮ ਹੈ ਉਹ ਸਾਨੂੰ ਦੇ ਦਿਓ। ਸੋਚਣ ਲੱਗ ਗਏ ਦੋ ਜਣੇ, ਸੋਚ ਲਿਆ ਕਿ ਆਹ ਜਿਹੜੀ ਪ੍ਰੋਪਰਟੀ ਹੈ ਸਾਡੇ ਕੋਲ, ਕੋਠੀਆਂ ਬਣੀਆਂ ਹੋਈਆਂ, ਘਰ ਬਣੇ ਹੋਏ, ਪੈਸਾ ਬੈਂਕ 'ਚ ਪਿਆ, ਇਹ ਅਨਾਤਮ ਹੈ ਸਾਰਾ। ਸੱਚੇ ਪਾਤਸ਼ਾਹ ਆਪਦੇ ਚਰਨਾਂ ਦੇ ਉੱਤੇ ਅਸੀਂ ਅਰਪਣ ਕਰ ਕੀ ਕਰਿਆ। ਮਹਾਰਾਜ ਜਿੰਨੀ ਸਾਡੀ ਪ੍ਰੋਪਰਟੀ ਹੈ, ਜਿੰਨਾ ਸਾਡੇ ਕੋਲ ਹੈ ਧਨ ਦੌਲਤ, ਸਾਰੀ ਕਰੀ, ਅੱਜ ਤੋਂ ਬਾਅਦ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਰਹਾਂਗੇ, ਜਿੱਥੇ ਜੀ ਕਰਦਾ ਲੈ ਜਾਓ, ਜੋ ਕੁਛ ਕਰਨਾ ਇਹ ਤੋਂ ਕਰਾ ਲਓ। ਅਤੇ ਹੁਣ ਸਾਡੀ ਜਿਹੜੀ ਆਜ਼ਾਦ ਹਸਤੀ ਹੈ, ਸਾਡਾ ਸਾਡੇ ਕੋਲ ਕੁਛ ਨਹੀਂ ਰਿਹਾ, ਅਤੇ ਹੁਣ ਖਾਲੀ ਹਾਂ ਅਸੀਂ ਇਸ ਵੇਲੇ। ਮਹਾਰਾਜ ਕਹਿੰਦੇ ਤੁਹਾਡੇ ਕੋਲ ਤਾਂ ਬਹੁਤ ਕੁਛ ਹੈ ਅਨਾਤਮ। ਕਹਿੰਦੇ ਮਹਾਰਾਜ ਸੋਝੀ ਨਹੀਂ ਆਉਂਦੀ। ਕਹਿੰਦੇ ਤੁਸੀਂ ਤਾਂ ਵਿਚਾਰਾਂ ਕਰਦੇ ਰਹੇ ਹੋ, ਆਤਮ ਵਿਚਾਰਾਂ, ਦੇਖੋ ਸੋਚ ਕੇ ਤੁਹਾਡੇ ਕੋਲ ਕੀ ਹੈ, ਸੋਚ ਆ ਗਈ। ਕਹਿੰਦੇ ਸੱਚੇ ਪਾਤਸ਼ਾਹ ਸਰੀਰ ਹੈ, ਕਹਿੰਦੇ ਇਹ ਵੀ ਸਾਨੂੰ ਅਰਪਣ ਕਰ ਦਿਓ। ਸਰੀਰ ਅਰਪਣ ਕਰ ਦਿੱਤਾ, ਦੇਖਦੇ ਨੇ ਵੀ ਅਸੀਂ ਸਰੀਰ ਦੇ ਤਾ ਮਹਾਰਾਜ। ਹੁਣ ਜਦ ਸਰੀਰ ਇਹਨਾਂ ਦਾ ਹੋ ਗਿਆ, ਚਾਹੇ ਕੁਛ ਬਣਾ ਲੈਣ, ਕੁਛ ਸਾਡੀ ਅਵਸਥਾ ਕਰ ਦੇਣ, ਇਸ ਤਰ੍ਹਾਂ ਪੜ ਲਓ। ਮੁੱਲ ਖਰੀਦੀ ਲਾਲਾ ਗੁਲਾ ਮੇਰਾ ਨਾਮ ਸੁਭਾਗਾ ਜੀ, ਮੁੱਲ ਖਰੀਦੀ ਲਾਲਾ ਗੁਲਾ ਮੇਰਾ ਨਾਮ ਸੁਭਾਗਾ ਜੀ। ਮੇਰਾ ਨਾਮ ਸੁਭਾਗਾ ਜੀ।
ਲਾਲਾ ਗੁਲਾ ਮੇਰਾ ਨਾਉ ਸੁਭਾਗਾ ਫੁੱਲ ਖਰੀਦੀ ਲਾਲਾ ਗੁਲਾ ਮੇਰਾ ਨਾਉ ਸੁਭਾਗਾ ਜੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ ਬਾਦਸ਼ਾਹ ਸਰੀਰ ਅਸੀਂ ਅਰਪਣ ਕਰਤਾ ਇਹਦੋਂ ਚਾਹੇ ਝਾੜੂ ਦਵਾ ਲਓ ਚਾਹੇ ਕੋਈ ਕੰਮ ਕਰਾ ਲਓ ਚਾਹੇ ਇਸ ਨੂੰ ਕਹਿ ਦਿਓ ਵੀ ਇਹ ਦਰਿਆ ਸੁੱਟ ਦੇ ਦਰਿਆ ਸੁੱਟ ਦਾਂਗੇ ਇਹ ਸਰੀਰ ਤੁਹਾਡਾ ਹੋ ਗਿਆ ਹੁਣ ਸਾਡਾ ਨਾ ਹੋਇਆ ਅਸੀਂ ਤਾਂ ਗੁਲਾਮ ਹੋ ਗਏ ਮਹਾਰਾਜ ਕਹਿੰਦੇ ਹੋਰ ਵਿਚਾਰ ਕਰੋ ਤੁਹਾਡੇ ਕੋਲ ਹੋਰ ਤਾਂ ਨਹੀਂ ਕੁਛ ਬਚਿਆ ਸੋਚੀ ਜਾਂਦੇ ਮਹਾਰਾਜ ਕਹਿੰਦੇ ਸਰੀਰ ਦੇ ਵਿੱਚ ਹੋਰ ਇੱਕ ਸਰੀਰ ਹੈ ਸੂਖਸ਼ਮ ਸਰੀਰ ਕਹਿੰਦੇ ਹਾਂ ਪਾਤਸ਼ਾਹ ਉਹ ਵੀ ਅਨਾਤਮ ਹੈ ਕਹਿੰਦੇ ਉਹ ਵੀ ਸਾਨੂੰ ਦੇ ਦਿਓ ਪੰਜ ਕਰਮ ਇੰਦਰੇ ਪੰਜ ਗਿਆਨ ਇੰਦਰੇ ਚੁਤਿਸ਼ਟਾ ਅੰਤਸ਼ਕਰਨ ਪੰਜ ਪੁਰਾਣ ਇਹ 19 ਚੀਜ਼ਾਂ ਨੇ ਕਹਿੰਦੇ ਦੇ ਦਿਓ ਇਹ ਵੀ ਸਾਡੇ ਕੋਲ ਪਰ ਸਾਵਧਾਨ ਰਹੋ ਤੁਸੀਂ ਇਹਦੇ ਵਿੱਚ ਮਨ ਹੈ ਮਨ ਸਾਨੂੰ ਮਨ ਦੇ ਦਿਓ ਕਹਿੰਦੇ ਦੇ ਤਾ ਮਹਾਰਾਜ ਚੁੱਪ ਕਰੇ ਖੜੇ ਰਹਿੰਦੇ ਕਹਿੰਦੇ ਹੁਣ ਕੀ ਸੋਚਦੇ ਹੋ ਤੁਸੀਂ ਕਹਿੰਦੇ ਮਹਾਰਾਜ ਅਸੀਂ ਸੋਚਦੇ ਹਾਂ ਵੀ ਤੁਹਾਨੂੰ ਮਨ ਦੇ ਤਾ ਤਨ ਦੇ ਤਾ ਕਹਿੰਦੇ ਨਿਰਣਾ ਸ਼ਕਤੀ ਤਾਂ ਬੁੱਧੀ ਕਰਦੀ ਹੁੰਦੀ ਹੈ ਬੁੱਧੀ ਤੁਹਾਡੇ ਕੋਲ ਬਚੀ ਪਈ ਹੈ ਅਜੇ ਇਹ ਵੀ ਸਾਨੂੰ ਦੇ ਦਿਓ ਬੁੱਧੀ ਵੀ ਦੇ ਤੀ ਫਿਰ ਖੜੇ ਨੇ ਮਹਾਰਾਜ ਕਹਿੰਦੇ ਹੁਣ ਕੀ ਤੁਹਾਡੇ ਕੋਲ ਰਹਿ ਗਿਆ ਕਹਿੰਦੇ ਸੱਚੇ ਪਾਤਸ਼ਾਹ ਹੁਣ ਤਾਂ ਬੁੱਧੀ ਵੀ ਦੇ ਤੀ ਮਨ ਵੀ ਦੇ ਤਾ ਸਰੀਰ ਵੀ ਦੇ ਤਾ ਸੂਖਸ਼ਮ ਸਰੀਰ ਤੁਹਾਡਾ ਹੋਇਆ ਕਹਿੰਦੇ ਅਜੇ ਤਾਂ ਤੁਹਾਡੇ ਕੋਲ ਚਿਤਵਨ ਸ਼ਕਤੀ ਹੈ ਤੁਹਾਡੇ ਕੋਲ ਚਿਤਵਨਾ ਕਰ ਰਹੇ ਹੋ ਨਾ ਕਹਿੰਦੇ ਹਾਂ ਇਹ ਕਹਿੰਦੇ ਚਿੱਤ ਦਾ ਧਰਮ ਹੁੰਦਾ ਚਿਤਵਨਾ ਕਰਨਾ ਇਹ ਬਚਾਈ ਬੈਠੇ ਹੋ ਕਹਿੰਦੇ ਪਾਤਸ਼ਾਹ ਪਤਾ ਨਹੀਂ ਸੀ ਇਹ ਵੀ ਤੁਹਾਨੂੰ ਦੇ ਤਾ ਹੁਣ ਕੀ ਰਹਿ ਗਿਆ ਹੁਣ ਸਾਧ ਸੰਗਤ ਜੀ ਆਹ ਜਿਹੜੀ ਇੱਕ ਚੀਜ਼ ਹੈ ਨਾ ਸਾਡੇ ਕੋਲ ਰਹੀ ਹੋਈ ਇਹੀ ਸਾਨੂੰ ਬਿਪਤਾ 'ਚ ਪਾ ਰਹੀ ਆ ਸਾਰੇ ਝਗੜੇ ਝਾਟੇ ਨਾ ਇਸੇ ਚੀਜ਼ ਦੇ ਕ੍ਰੀਏਟ ਕਰੇ ਹੋਏ ਨੇ ਜਿਹੜੀ ਸਾਡੇ ਕੋਲ ਮਹਾਰਾਜ ਵਾਰ ਵਾਰ ਸਾਨੂੰ ਸਮਝਾਉਂਦੇ ਨੇ ਧਿਆਨ ਨਾਲ ਸਮਝੋ ਅਤੇ ਪੜ੍ਹੋ ਮਨ ਭੋਲਿਆ ਮਨ ਭੁੱਲਿਆ
ਹੈ ਸੁਰਤ ਉਸਾ ਕੀ ਮਹਿਸੂਸ ਕਰਦੀ ਹੈ ਇਹ ਸੁਰਤ ਜਿਹੜੀ ਹੈ ਇਹਨੇ ਹੀ ਸਾਰਾ ਰੌਲਾ ਰੱਪਾ ਪਾਇਆ ਹੋਇਆ ਆਦਮੀ ਦੇ ਅੰਦਰ ਜਦ ਇਹ ਸੁਰਤ ਪੈਦਾ ਹੁੰਦੀ ਹੈ ਇਹਦੇ 'ਚ ਮੈਂ ਅਤੇ ਮੇਰੀ ਆ ਜਾਂਦੀ ਹੈ ਦੋ ਚੀਜ਼ਾਂ ਇਹ ਤਾਂ ਹੈਗਾ ਪੁਜੈਸ਼ਨ ਇਹਦਾ ਆਹ ਮੇਰੇ ਪੁੱਤਰ ਹੈ ਆਹ ਮੇਰੀਆਂ ਧੀਆਂ ਆਹ ਮੇਰਾ ਘਰ ਹੈ ਆਹ ਮੇਰੀ ਜਾਤ ਹੈ ਆਹ ਮੇਰਾ ਮਜ਼ਹਬ ਹੈ ਆਹ ਮੇਰੇ ਆਪਣੇ ਬੰਦੇ ਨੇ ਆਹ ਮੇਰਾ ਮੇਰਾ ਆਈ ਜਾਂਦਾ ਮਰ ਗਏ ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਇਕ ਨਹੀਂ ਸਰੇ ਕੁਛ ਨਹੀਂ ਬਣਿਆ ਤੇਰਾ ਬਥੇਰੇ ਪਾਠ ਕਰ ਲਏ ਬਥੇਰਾ ਤੀਰਥਾਂ 'ਤੇ ਜਾਇਆ ਬਣਿਆ ਕੁਝ ਤੂੰ ਗੱਲ ਸਮਝ ਹੀ ਨਹੀਂ ਹੈ ਬਾਹਰ ਬਾਹਰ ਟੋਲਦਾ ਫਿਰਦਾ ਬਾਹਰ ਨਾ ਟੋਲ ਅੰਦਰ ਜਾ ਪਛਾਣ ਆਪਣੇ ਆਪ ਨੂੰ ਜੇ ਨਹੀਂ ਪਛਾਣ ਆਈ ਤੂੰ ਕੁਛ ਨਹੀਂ ਜਾਣਿਆ ਸਭ ਕੁਛ ਜਾਣ ਕੇ ਕੁਛ ਨਹੀਂ ਤੈਨੂੰ ਪਤਾ ਲੱਗਿਆ ਯੂ ਆਰ ਸਟਿਲ ਏ ਚਾਈਲਡ ਚਾਈਲਡ ਨਹੀਂ ਹੈ ਯੂ ਆਰ ਏ ਥੀਫ ਬਗਾਨੀ ਨੌਲੇਜ ਲੈ ਕੇ ਇੱਕ ਦਿਮਾਗ ਭਰਿਆ ਪਿਆ ਉਹ ਕਿਤਾਬ ਚਾਹੇ ਲਿਖਿਆ ਉਹ ਕਿਤਾਬ ਚਾਹੇ ਲਿਖਿਆ ਉਹ ਚਾਹੇ ਲਿਖਿਆ ਤੈਂ ਕੀ ਲੈਣਾ ਤੂੰ ਆਪਣਾ ਤਾਂ ਖੋਜ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਤਾਂ ਕਰ ਮੈਂ ਕੌਣ ਮਹਾਰਾਜ ਕਹਿੰਦੇ ਇਹ ਝੂਠੀ ਮਾਇਆ ਹੈ ਹਾਂ ਹਾਂ ਭੀਤ ਪਏ ਉਹ ਹੈ ਵਿੱਚੋਂ ਸੁੰਤ ਦੇਸ਼ ਨਿਕਟਾ ਉਹ ਕੰਧ ਬਣਾ ਲਈ ਤਾਂ ਰੱਬ ਦੇ ਵਿਚਾਲੇ ਹੈ ਨਾ ਬਈ ਮੈਂ ਇੰਦਰ ਸੈਨ ਆ ਕਹਿੰਦਾ ਹਾਂ ਜੀ ਕਿਉਂ ਭਾਈ ਚੰਡਿਆ ਤੈਨੂੰ ਵੀ ਪਤਾ ਮੈਂ ਝੰਡਾ ਕਹਿੰਦੇ ਹਾਂ ਕਹਿੰਦੇ ਇਹ ਸਾਨੂੰ ਦੇ ਦਿਉ ਇਹ ਅਨਾਤਮ ਹੈ ਹੁਣ ਬਾਕੀ ਕੀ ਰਹਿ ਗਿਆ ਐਂ ਤਾਂ ਨਹੀਂ ਪਤਾ ਲੱਗਣਾ ਬੰਦਗੀ ਕੀਤੀ ਜਾਵੇ ਨਾਮ ਜਪਿਆ ਜਾਵੇ ਹੌਲੀ ਹੌਲੀ ਅੰਦਰ ਜਾਣ ਦਾ ਪਤਾ ਲੱਗੇ ਘੰਟਿਆਂ ਵੱਧੀ ਮਿਹਨਤਾਂ ਕਰੇ ਫਿਰ ਜਾ ਕੇ ਇੱਥੇ ਬਿਰਤੀ ਪਹੁੰਚਦੀ ਹੈ ਜਿਹੜਾ ਰਸਤਾ ਅਸੀਂ ਲਿਖਦੇ ਹਾਂ ਨਾ ਆਤਮ ਮਾਰਗ 'ਚ ਬੜਾ ਸੋਹਣਾ ਰਾਹ ਹੈ ਬੜਾ ਉੱਥੇ ਆਨੰਦ ਆਉਂਦੇ ਨੇ ਬੜੇ ਅਨਾਦ ਸ਼ਬਦ ਨੇ ਬੜੀਆਂ ਲਾਈਟਾਂ ਨੇ ਪਰ ਉਹ ਪਿੰਡ ਹੈ ਪ੍ਰਾਪਤੀ ਨਹੀਂ ਹੈ ਕੁਛ ਵੀ ਸੜਕ 'ਤੇ ਤੁਰੇ ਜਾ ਰਹੇ ਲੱਭਿਆ ਨਹੀਂ ਅਜੇ ਕੁਛ ਵੀ ਹਾਂ ਤਰੱਕੀ ਹੈ ਵੀ ਆਪਣੇ ਮੰਜ਼ਿਲ ਵੱਲ ਨੂੰ ਵੱਧ ਰਹੇ ਹਾਂ ਉੱਥੇ ਹੀ ਨਾ ਕਿਤੇ ਖੜ ਜਾਵੇ ਵੀ ਇੱਥੇ ਮਿਹਨਤ ਜੀ ਲਾਈਟਾਂ ਦਿਸਦੀਆਂ ਮੈਨੂੰ ਆਨੰਦ ਸ਼ਬਦ ਸੁਣਦੇ ਆ ਜਪਾ ਜਾਪ ਮੇਰੇ ਨਾਮ ਚੱਲ ਰਿਹਾ ਮਹਾਰਾਜ ਕਹਿੰਦੇ ਜਾਪ ਮਰੇ ਅਜਪਾ ਮਰੇ ਅਨਹਦ ਵੀ ਮਰ ਜਾਏ ਇਹ ਤਾਂ ਤਿੰਨੇ ਹੀ ਖਤਮ ਹੋ ਜਾਣੀ ਹੈ ਅਤੇ ਰਹਿ ਕੇ ਜਾਏਗਾ ਕਹਿੰਦੇ ਇਹ ਜਿਹੜਾ ਆਪ ਹੈ ਨਾ ਨਿੱਕਾ ਆਪਾ ਬੜੇ ਆਪੇ ਦੇ ਵਿੱਚ ਸਮਾ ਜਾਂਦਾ ਇਹ ਬੜੇ ਆਪੇ 'ਚ ਸਮਾਇਆ ਅਕਾਲ ਦੇ ਚੱਕਰ ਤੋਂ ਬਾਹਰ ਹੋ ਗਿਆ ਆਪ ਰਿਹਾ ਹੀ ਨਾ ਕੁਛ ਕਹਿੰਦੇ ਫਿਰ ਆਨੰਦ ਕੀ ਆਊ ਕਹਿੰਦੇ ਜਦ ਤੂੰ ਰੱਬ ਬਣ ਗਿਆ ਸੋਈ ਫਿਰ ਕੇ ਤੂੰ ਵਿਆਹ ਜਾ ਕੇ ਕਹਿਤਾ ਔਰ ਉਹ ਇੰਨਾ ਥੋੜ੍ਹਾ ਵੀ ਤੂੰ ਬਾਦਸ਼ਾਹ ਬਣ ਜਾਏ ਸਾਰੇ ਦੇਸ਼ ਦਾ ਜ਼ਰੂਰ ਚਪੜਾਸੀ ਰਹਿਣਾ ਜਾਂ ਜ਼ਰੂਰ ਛੋਟਾ ਜਿਹਾ ਰਹਿਣਾ ਤੂੰ ਬਾਦਸ਼ਾਹ ਬਣਨ ਦੀ ਸੋਚ ਕਹਿੰਦੇ ਜਦੋਂ ਇਹ ਕੰਧ ਟੁੱਪੀ ਟੁੱਟੀ ਉਸੇ ਵੇਲੇ ਤੈਨੂੰ ਅਸਲੀਅਤ ਦਾ ਪਤਾ ਲੱਗ ਜਾਏਗਾ ਜਿੰਨਾ ਚਿਰ ਨਹੀਂ ਟੁੱਟਦੀ ਕੁਛ ਨਹੀਂ ਪਤਾ ਲੱਗਦਾ ਅਨੁਭਵ ਤੋਂ ਬਗੈਰ ਅਨੁਭਵ ਪ੍ਰਕਾਸ਼ ਹੋਵੇ ਫਿਰ ਪਤਾ ਲੱਗ ਕਹਿੰਦੇ ਆਪ ਹੀ ਦੇ ਦਿਓ ਸਾਨੂੰ ਹੁਣ ਉਹਦੇ 'ਤੇ ਬਾਕੀ ਕੀ ਰਹਿ ਗਿਆ ਬਾਕੀ ਰਹਿ ਗਿਆ ਚੇਤਨ ਤੱਤ ਵਾਹਿਗੁਰੂ ਸਾਰੇ ਪਰਿਪੂਰਨ ਘੱਟ ਘੱਟ ਵਿੱਚ ਵਿਆਪਕ ਉਸ ਵੇਲੇ ਦੀ ਜੋ ਅਵਸਥਾ ਹੈ ਇਸ ਤਰ੍ਹਾਂ ਹੁੰਦੀ ਹੈ
ਅੰਤ ਸਰਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ। ਉਹ ਜਿਹੜਾ ਜਾਣਨ ਵਾਲਾ ਸੀ ਉਹ ਤਾਂ ਗੁਰੂ ਦੇ ਅਰਪਣ ਕਰ ਦਿੱਤਾ, ਹੁਣ ਬਾਕੀ ਕੀ ਰਹਿ ਗਿਆ? ਇਹ ਗੱਲ ਨੂੰ ਦਿਮਾਗ ਸਾਡੀ ਅਕਲ ਨਹੀਂ ਇੱਥੇ ਪਹੁੰਚ ਸਕਦੀ। ਜਿਹਨਾਂ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਬੈਠੀ ਉਹਨਾਂ ਉਚਾਈਆਂ ਉੱਤੇ ਲੱਗ ਗਈਆਂ ਯਾਰੀਆਂ। ਹੁਣ ਬੁੱਧੀ ਤਾਂ ਥੱਲੇ ਰਹਿ ਗਈ ਜਿਹਨੇ ਨਿਰਣਾ ਕਰਨਾ ਸੀ, ਹੁਣ ਇੱਥੇ ਹੋਰ ਆ ਗਈ। ਕਹੋ ਕਬੀਰ ਬੁੱਧ ਹਿਰ ਲਈ ਮੇਰੀ ਬੁੱਧ ਬਦਲੀ ਸਿੱਧ ਪਾਈ। ਇਹਨੂੰ ਸਮਝਾ ਬੁੱਧੀ ਨਹੀਂ ਸਮਝ ਸਕਦੀ, ਬੁੱਧੀ ਤਾਂ ਇੱਥੇ ਪਹੁੰਚ ਹੀ ਨਹੀਂ, ਇਹਦੇ ਫੰਘ ਸੜ ਗਏ। ਕਹਿੰਦੇ ਪਿਆਲੇ ਅਣਡਿੱਠੇ ਨਾਲ ਬੁੱਲ ਲੱਗ ਜਾਣ, ਕਹਿੰਦੇ ਝੂਮਾਂ ਆਉਣ ਪਿਆਰੀਆਂ। ਗਿਆਨੀ ਸਾਨੂੰ ਹੋੜਦਾ ਏ, ਬਹਿਮੀ ਢੋਲਾ ਆਖਦਾ ਏ, ਮਾਰੇ ਗਏ ਜਿਹਨਾਂ ਬੁੱਧੀ ਪਾਰ ਲਾਈਆਂ ਯਾਰੀਆਂ। ਬੈਠਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਬਲਬਲੇ ਦੇ ਦੇਹ ਸਾਡੀਆਂ ਲੱਗ ਗਈਆਂ ਯਾਰੀਆਂ। ਪਹੁੰਚ ਗਏ ਆਤਮ ਦੇਸ਼ ਦੇ ਅੰਦਰ, ਪ੍ਰਵੇਸ਼ ਹੋ ਗਿਆ। ਉੱਥੇ ਜਾ ਕੇ ਹੋਇਆ ਕਿ ਆਪਣਾ ਸਤੱਤਵ ਜਿਹੜਾ ਸੀ ਵੱਖਰਾ ਉਹ ਖਤਮ ਹੋ ਗਿਆ। ਮੈਂ ਮਿਟ ਗਈ, ਫਨਾ ਫਿਲਾ ਹਾਲਤ ਆ ਗਈ, ਰਹਿ ਕੇ ਗਿਆ ਜਿਹੜਾ ਅਸਲ ਸੀ। ਇੱਥੇ ਪਹਿਲਾਂ ਹੀ ਵਾਹਿਗੁਰੂ ਹੈ, ਵਾਹਿਗੁਰੂ ਤੋਂ ਬਗੈਰ ਨਾ ਕੋਈ ਹੋਇਆ, ਨਾ ਕਿਸੇ ਨੇ ਹੋਣਾ, ਨਾ ਕੋਈ ਹੋਏਗਾ। ਇਹਦੇ ਉੱਤੇ ਰੌਲੇ ਰੱਪੇ ਨੇ ਵਿਦਵਾਨਾਂ ਦੇ, ਵਿਦਵਾਨ ਨੂੰ ਤਾਂ ਇਸ ਗੱਲ ਸਮਝ ਨਹੀਂ ਆਉਂਦੀ, ਜ਼ੋਰ ਲਾ ਲਵੇ ਜਿੰਨਾ ਲੱਗਦਾ। ਮੁਹੰਮਦ ਸਾਹਿਬ ਨੇ ਕਿਹਾ ਲਾ ਇਲਾ ਇਲਾ, ਵੀ ਇੱਥੇ ਵਾਹਿਗੁਰੂ ਤੋਂ ਬਿਨਾਂ ਕੋਈ ਨਹੀਂ। ਉਹਦੇ ਅਰਥ ਕਰ ਲਏ ਵਾਹਿਗੁਰੂ ਇੱਕ ਹੈ। ਕੌਣ ਕਹਿੰਦਾ ਵਾਹਿਗੁਰੂ ਪੰਜ ਛੇ ਨੇ? ਸਾਡੇ ਗਿਆਨੀ ਵੀ ਇਹ ਕਹਿੰਦੇ ਵਾਹਿਗੁਰੂ ਇੱਕ ਹੈ। ਅਸੀਂ ਕਦ ਕਹਿੰਦੇ ਹਾਂ ਵਾਹਿਗੁਰੂ 17-18 ਨੇ? ਵਾਹਿਗੁਰੂ ਤਾਂ ਹੈ ਹੀ ਇੱਕ। ਉਹ ਅਰਥ ਨਹੀਂ ਸਮਝਦੇ ਵੀ ਕੀ ਗੱਲ ਹੈ। ਉਹ ਇੱਕ ਆ ਗਿਣਤੀ ਦਾ ਨਹੀਂ ਹੈ, ਉਹ ਹਸਤੀ ਹੈ। ਨਿਰੰਕਾਰ ਆਕਾਰ ਹੋਏ, ਜਦੋਂ ਆਕਾਰ ਬਣਾਇਆ ਨਿਰੰਕਾਰ ਨੇ, ਉਹਦਾ ਨਾਂ ਹੋਇਆ ਏਕ ਅੰਕਾਰ ਅਪਾਰ ਸਦਾਇਆ। ਪਾਰਾਵਾਰ ਤੋਂ ਰਹਿਤ ਏਕ ਅੰਕਾਰ ਨਾਂ ਪਿਆ ਉਹਦਾ। ਗੁਰੂ ਨਾਨਕ ਨੇ ਉਹਦਾ ਸੰਕੇਤ ਏਕ ਆ ਲਿਖ ਕੇ ਰੱਖਤਾ। ਇਹ ਏਕ ਆ ਗਿਣਤੀ ਦਾ ਨਹੀਂ ਹੈ, ਇਹ ਏਕ ਆ ਏਕ ਆ ਹੋਲ ਦਾ, ਹੋਲ ਦਾ ਟੋਟੈਲਿਟੀ ਦਾ, ਇਹ ਯੂਨਿਟ ਦਾ ਨਹੀਂ ਹੈ ਏਕ। ਇਹਨੂੰ ਗੱਲ ਸਮਝੋ, ਭਜਨ ਕਰਨ ਵੇਲੇ ਪਤਾ ਲੱਗੂ ਇਹਨਾਂ ਗੱਲਾਂ ਦਾ। ਏਕ ਅੰਕਾਰੋਂ ਸ਼ਬਦ ਤੁਨ, ਹੁਣ ਕ੍ਰੀਏਸ਼ਨ ਸ਼ੁਰੂ ਹੋ ਗਈ। ਹੋਇਆ ਕਿ ਸ਼ਬਦ ਦਾ ਉਚਾਰਨ ਹੋਇਆ, ਸ਼ਬਦ ਦਾ ਉਚਾਰਨ ਮੇਰੇ ਵਿੱਚੋਂ ਹੋ ਰਿਹਾ। ਮੈਂ ਤਾਂ ਸ਼ਬਦ ਇੱਕੋ ਹੀ ਹਾਂ, ਦੋ ਤਾਂ ਨਹੀਂ ਹੈ। ਗੁਰੂ ਤਾਂ ਸ਼ਬਦ ਇੱਕ ਹੈ, ਨਹੀਂ ਗੁਰੂ ਨੂੰ ਕਿਵੇਂ ਮੰਨ ਲਓਗੇ? ਗੁਰੂ ਨਾਨਕ ਸਾਹਿਬ ਨੂੰ ਜਦ ਤੁਸੀਂ ਸ਼ਬਦ ਨੂੰ ਹੋਰ ਜਾਣੋਗੇ, ਗੁਰੂ ਨਾਨਕ ਨੂੰ ਹੋਰ ਜਾਣੋਗੇ ਤਾਂ ਦੋ ਹੋ ਗਏ। ਇਹ ਕਹਿੰਦੇ ਸਾਡਾ ਗੁਰੂ ਸ਼ਬਦ ਹੈ। ਸ਼ਬਦ ਨੂੰ ਸਮਝੋ ਤਾਂ ਸਹੀ, ਸ਼ਬਦ ਹੈ ਕੀ, ਸ਼ਬਦ ਹੋਇਆ ਕਿੱਥੋਂ ਹੈ? ਜੇ ਤੁਸੀਂ ਹੋਰ ਗਹਿਰੀ ਬਾਤ ਸੋਚਣੀ ਹੈ ਨਾ, ਸਮਝਣੀ ਹੈ ਤਾਂ ਤਕੜੇ ਹੋ ਕੇ ਸਮਝੋ। ਉਹ ਹੈ ਗੁਰੂ ਨਾਨਕ ਕਹਿੰਦਾ ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਉ ਜੀ, ਇਹ ਸ਼ਬਦ ਮੈਂ ਨਹੀਂ ਕਹਿੰਦਾ, ਮੇਰੇ ਵਿੱਚੋਂ ਆ ਰਿਹਾ ਕਿਤੋਂ, ਕਿਸੇ ਹੋਰ ਥਾਂ ਤੋਂ ਆ ਰਿਹਾ। ਗੁਰੂ ਦਸਵੇਂ ਪਾਤਸ਼ਾਹ ਕਹਿੰਦਾ ਲਓ ਸੁਣ ਲਓ, ਅਸੀਂ ਅਰਥ ਕਰਦੇ ਹਾਂ। ਆਦ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਗੁਰੂ ਕਿੱਥੇ ਚਲੇ ਗਿਆ? ਗੁਰੂ ਨਿਰੰਕਾਰ ਬਣ ਗਿਆ ਸਾਡਾ, ਵਿਚਾਲੇ ਤਾਂ ਰਿਹਾ ਹੀ ਨਾ। ਉਹ ਜੇ ਅਸੀਂ ਸ਼ਬਦ ਗੁਰੂ ਕਹਿੰਦੇ ਹਾਂ, ਇੱਕ ਮੰਜ਼ਿਲ ਹੋਰ ਹੇਠਾਂ ਆ ਜਾਂਦੇ ਹਾਂ, ਇਹ ਸ਼ਬਦ ਗੁਰੂ ਨੇ ਸਾਨੂੰ ਏਕ ਅੰਕਾਰ 'ਚ ਪਹੁੰਚਾਉਣਾ। ਏਕ ਅੰਕਾਰੋਂ ਸ਼ਬਦ ਧੁਨ, ਇਹ ਤੋਂ ਧੁਨ ਹੋਈ, ਸ਼ਬਦ ਉਚਾਰਨ ਹੋਇਆ। ਕਿਹਾ ਜਿਹਾ ਆ ਸਾਡੇ ਸ਼ਬਦਾਂ, ਇਹ ਤਾਂ ਪ੍ਰਕਿਰਤਕ ਸ਼ਬਦ ਨੇ। ਬਾਜਾ ਵੱਜਦਾ ਪ੍ਰਕਿਰਤਕ ਸ਼ਬਦ ਹੈ, ਢੋਲਕ ਵੱਜਦੀ ਹੈ ਪ੍ਰਕਿਰਤਕ ਸ਼ਬਦ ਹੈ, ਬੈਂਡ ਵਾਜੇ ਵੱਜਦੇ ਨੇ ਪ੍ਰਕਿਰਤਕ ਸ਼ਬਦ, ਪਟਾਕੇ ਚੱਲਦੇ ਨੇ ਪ੍ਰਕਿਰਤਕ ਸ਼ਬਦ ਹੈ, ਤਾਲੀ ਮਾਰਦੇ ਹੋ ਪ੍ਰਕਿਰਤਕ ਸ਼ਬਦ ਹੈ। ਪ੍ਰਕਿਰਤੀ ਤਾਂ ਹੈ ਨਹੀਂ ਸੀ ਉਸ ਵੇਲੇ, ਇਸ ਕਰਕੇ ਉਹ ਸ਼ਬਦ ਨੂੰ ਪ੍ਰਕਿਰਤੀ ਦੇ ਨਾਲ ਲਾ ਦੇਣਾ ਤਾਂ ਇਹ ਸਾਡਾ ਗਲਤ ਹੈ, ਸਾਡੀ ਸੋਚ। ਕਿਉਂਕਿ ਸ਼ਬਦ ਪਹਿਲਾਂ ਪ੍ਰਕਿਰਤੀ ਦਾ ਹੋਇਆ, ਜਿਹਨੂੰ ਬਿਗ ਬੈਂਗ ਕਹਿੰਦੇ, ਉਹ ਸ਼ਬਦ ਹੋਇਆ ਉਹ ਦਿਵ ਸ਼ਬਦ ਤੋਂ। ਨਾ ਉਹਦਾ ਵੀ ਸ਼ਬਦ ਹੈ, ਉਹਦਾ ਵੀ, ਇਹ ਚੇਤਨ ਸ਼ਬਦ ਹੈ। ਇਹਦੇ ਵਿੱਚ ਸਾਰੀ ਸੋਚ, ਸਾਰੀ ਵਿਉਂਤ, ਹੁਕਮ, ਨਾਮ ਦਾ ਮੰਡਲ ਹੈ। ਜਿੱਥੇ ਮਹਾਰਾਜ ਨਾਮ ਦੀ ਬਾਤ ਕਰਦੇ ਹਾਂ, ਇਹ ਮੰਡਲ ਹੈ ਨਾਮ ਦਾ। ਕਹਿੰਦੇ ਏਕ ਅੰਕਾਰੋਂ ਸ਼ਬਦ ਧੁਨ, ਓਂਕਾਰ ਆਕਾਰ ਪਾਇਆ। ਨਾ ਤਾਂ ਕੋਈ ਰੱਖਣਾ ਸੀ, ਅਸੀਂ ਪਹਿਲਾਂ ਏਕ ਅੰਕਾਰ ਰੱਖ ਲਿਆ, ਅਗਲਾ ਓਂਕਾਰ ਰੱਖ ਲਿਆ, ਦੋਏ ਨਾਂ ਕੱਢ ਦਿਉ ਹੁਣ, ਬਈ ਨਾਂ ਨਹੀਂ ਹੈਗੇ। ਹੁਣ ਬਾਕੀ ਕੀ ਰਹਿ ਗਿਆ? ਹਸਤੀ ਰਹਿ ਗਈ। ਕੀ ਰਹਿ ਗਿਆ? ਸੱਤ ਰਹਿ ਗਿਆ।
ਉਹ ਸੱਤ ਸੁਣ ਮੁਣ ਨਹੀਂ ਹੈ, ਸੱਤ ਸ਼ਕਤੀ ਵਾਲਾ, ਇਸ ਕਰਕੇ ਸੱਤ ਨਾਮ ਹੈ। ਇਸ ਤਰ੍ਹਾਂ ਦੇ ਨਾਲ ਜਦ ਗੁਰੂ ਨਾਨਕ ਨੇ ਕਿਹਾ ਵੀ ਆਪਣੀ ਹੋਂਦ ਦੇ ਦਿਓ ਸਾਨੂੰ, ਹੋਂਦ ਦੇ ਤੀ, ਹੁਣ ਹਰਕਤ ਕਿੱਥੇ ਹੋਵੇ? ਹਰਕਤ ਤਾਂ ਹੁਕਮ ਨੇ ਕਰਨੀ ਆ, ਹੁਕਮ ਦੀ ਖੇਡ ਹੋ ਰਹੀ ਹੈ, ਹੁਕਮ ਸੰਕੋਚਿਆ ਹੋਇਆ। ਗੁਰੂ ਨਾਨਕ ਨੇ ਸਮਾਧੀ ਲੱਗ ਕੇ ਬੈਠੇ ਨੇ, ਨਾ ਟਾਈਮ ਦਾ ਪਤਾ, ਨਾ ਅੱਗੇ ਦਾ, ਨਾ ਪਿੱਛੇ ਦਾ, ਪਹਿਰ ਰਾਤ ਲੰਘ। ਉਹਦੇ ਬਾਅਦ ਮਹਾਰਾਜ ਨੇ ਕਿਹਾ ਭਾਈ ਚੰਦਾ, ਭਾਈ ਇੰਦਰ ਸਿੰਘ, ਹੁਣ ਅਸੀਂ ਇੱਕ ਇੱਕ ਚੀਜ਼ ਜਿਵੇਂ ਤੁਹਾਤੋਂ ਲਈ ਹੈ ਨਾ, ਉਸੇ ਤਰ੍ਹਾਂ ਹੁਣ ਤੁਹਾਨੂੰ ਵਾਪਸ ਕਰਦੇ ਹਾਂ। ਇਹ ਚੀਜ਼ਾਂ ਵਾਪਸ ਲੈ ਲਓ, ਸਾਡੇ ਕੰਮ ਦੀਆਂ ਨਹੀਂ ਹੈ, ਹੁਣ ਅੱਜ ਤੋਂ ਬਾਅਦ ਸਾਡੀ ਮਲਕੀਅਤ, ਪਰ ਤੁਸੀਂ ਆਪਣੇ ਜੀਵਨ ਨਿਰਵਾਹ ਵਾਸਤੇ ਇਹਨਾਂ ਤੋਂ ਕੰਮ ਲਓ। ਹੁਣ ਸਭ ਕੁਝ ਗੁਰੂ ਦਾ ਹੋ ਗਿਆ, ਅਵਸਥਾ ਕੀ ਆ ਗਈ, ਪੜੋ ਪਿਆਰ ਨਾਲ। ਪ੍ਰਭ ਸਭ ਕੁਛ ਤੇਰਾ ਜੀ, ਮੈਂ ਕਿਛ ਨਹੀਂ, ਮੈਂ ਕਿਛ ਨਹੀਂ, ਸਭ ਕੁਛ ਤੇਰਾ, ਮੈਂ ਕਿਛ ਨਹੀਂ, ਮੈਂ ਕਿਛ ਨਹੀਂ, ਮੈਂ ਕਿਛ ਨਹੀਂ, ਮੈਂ ਕਿਛ ਨਹੀਂ।